ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੋਸਟੈਂਪ ਪਹਿਲਾਂ ਆਪਾਂ ਇੱਕ ਪਿਛਲੀ ਵੀਡੀਓ ਵਿੱਚ ਤੇਲੇ ਬਾਰੇ ਬਰਾਉਨ ਪਲਾਂਟ ਹੌਪਰ ਤੇ ਡਬਲਯੂ ਬੀਪੀਐਚ ਵਾਈਟ ਬੈਗ ਪਲਾਂਟ ਹੌਪਰ ਜਿਹੜਾ ਛੁੱਟੀ ਪੇਠ ਵਾਲਾ ਤੇਲਾ ਹੁੰਦਾ ਉਹਦੇ ਬਾਰੇ ਗੱਲ ਕੀਤੀ ਸੀ ਉਹਦੇ ਲਾਈਫ ਸਾਈਕਲ ਬਾਰੇ ਗੱਲ ਕੀਤੀ ਸੀ ਤੇ ਉਹ ਝੋਨੇ ਦੇ ਵਿੱਚ ਕਿਵੇਂ ਨੁਕਸਾਨ ਕਰਦਾ ਵਾ ਤੇ ਕਿਵੇਂ ਹੌਪਰ ਵਰਨਿੰਗ ਹੁੰਦੀ ਆ ਸਾਰਾ ਝੋਨਾ ਆਪਣਾ ਖਰਾਬ ਹੋ ਜਾਂਦਾ ਉਹਦੇ ਬਾਰੇ ਟੋਟਲ ਇੱਕ ਆਪਾਂ ਵੀਡੀਓ ਬਣਾਈ ਸੀ ਜੇ ਉਸ ਬਾਰੇ ਡਿਟੇਲ ਵਿੱਚ ਜਾਣਕਾਰੀ ਚਾਹੀਦੀ ਆ ਜੇ ਵੀਡੀਓ ਨਹੀਂ ਦੇਖੀ ਤਾਂ ਪਲੀਜ਼ ਸਕਰੀਨ ਉੱਪਰ ਆਈ ਬਟਨ ਤੇ ਕਲਿੱਕ ਕਰਕੇ ਤੁਸੀਂ ਦੇਖ ਸਕਦੇ ਹੋ ਸੋ ਇਸ ਵੀਡੀਓ ਦੇ ਵਿੱਚ ਆਪਾਂ ਇੱਕ ਪਾਈ ਮੈਟਰੋਜਨ 50% ਡਬਲ ਜੀ ਚੈਸ ਦੇ ਨਾਂ ਨਾਲ ਇਹ ਟੈਕਨੀਕਲ ਮਿਲਦਾ ਹੋਰ ਕਈ ਕੰਪਨੀਆਂ ਆਵਾਂ 11-12 ਕੰਪਨੀਆਂ ਉਹਨਾਂ ਦੀ ਵੀ ਗੱਲ ਕਰਾਂਗੇ ਵੀ ਉਹ ਆਪਾਂ ਨੂੰ ਕਿੰਨੇ ਕੁ ਰੇਟਾਂ ਤੇ ਮਿਲ ਜਾਂਦੇ ਮਾਰਕੀਟ 'ਚ ਉਹ ਚੈਸ ਦੀ ਵੀ ਗੱਲ ਕਰਾਂਗੇ ਤੇ ਇਹਦੀ オリジナਲਿਟੀ ਬਾਰੇ ਵੀ ਗੱਲ ਕਰਾਂਗੇ ਵੀ オリジナル ਆਪਾਂ ਨੂੰ ਕਿਵੇਂ ਮਿਲ ਸਕਦੀ ਆ ਕਿਵੇਂ ਆਪਾਂ ਨੂੰ ਕੀ ਕੀ ਖਿਆਲ ਰੱਖ ਸਕਦੇ ਆ ਤੋ ਇਹਦੀ ਡੋਜ਼ ਬਾਰੇ ਵੀ ਗੱਲ ਕਰਾਂਗੇ ਜੇ ਚੈਨਲ ਤੇ ਨੰਮਿਆਂ ਦਾ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀਆਂ ਖੇਤੀਬਾੜੀ ਦੀਆਂ ਜਾਣਕਾਰੀਆਂ ਆਪਾਂ ਇਸ ਚੈਨਲ ਦੇ ਮਾਧਿਅਮ ਰਾਹੀਂ ਸਾਂਝੀਆਂ ਕਰ ਸਕੀਏ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਵੀ ਜਦੋਂ ਤੇਲਾ ਆਉਂਦਾ ਉਸ ਨੂੰ ਮੇਨ ਇਹ ਗੱਲ ਕੀਤੀ ਜਾਂਦੀ ਆ ਵੀ ਥੱਲੇ ਨੂੰ ਪੁਵਾਰਾ ਕਰਕੇ ਆਪਾਂ ਸਪਰੇਅ ਕਰਨੀਆਂ ਕਿਉਂਕਿ ਜਿਹੜੀ ਸਪਰੇਅ ਦਾ ਇਹ ਟਾਈਮ ਹੁੰਦਾ ਉਸ ਟਾਈਮ ਤੇ ਦਾਣੇ ਬਣਦੇ ਹੁੰਦੇ ਆ ਨਸਾਰਾ ਕਿਉਂਕਿ ਅਕਸਰ ਨਹੀਂ ਹੁੰਦਾ ਬੂਰ ਵੀ ਪਿਆ ਹੁੰਦਾ ਉਸ ਟਾਈਮ ਦੇ ਉੱਤੇ ਆਪਾਂ ਚੈਸ ਪਾਉਨੇ ਆ ਕਈ ਵਾਰ ਥੋੜਾ ਜਿਆ ਜਦੋਂ ਆਪਣਾ ਦਾਣੇ ਬਣ ਜਾਂਦੇ ਆ ਉਦੋਂ ਆਪਾਂ ਸਪਰੇਅ ਕਰਦੇ ਆ ਤੇ ਆਪਣੇ ਕੋਲੇ ਤਕਰੀਬਨ ਬੈਟਰੀਆਂ ਵਾਲੇ ਜਾਂ ਦੂਜੇ ਜਿਹੜੇ ਪੰਪ ਆ ਉਹਨਾਂ ਨਾਲ ਸਪਰੇਅ ਕਰਨੀ ਹੁੰਦੀ ਆ ਸੋ ਉਹ ਗਲਤ ਧਾਰਨਾ ਵੀ ਥੱਲੇ ਨੂੰ ਜਾੜਾਲ ਨੂੰ ਮੂੰਹ ਕਰਕੇ ਨਿਉ ਜਲਦੀ ਆਪਾਂ ਸਪਰੇਅ ਕਰਨੀ ਆ ਸੋ ਪਹਿਲਾਂ ਤਾਂ ਇਹੀ ਖਿਆਲ ਰੱਖਣਾ ਵਾ ਵੀ ਸਪਰੇਅ ਆਪਾਂ ਉੱਪਰ ਨੂੰ ਕਰਕੇ ਕਰਨੀ ਆ ਤਾਂ ਕਿ ਫੁਹਾਰਾ ਸਿੱਧਾ ਪੱਤਿਆਂ ਤੇ ਜਾਂ ਸਿੱਧਾ ਆਪਣਾ ਜਿਹੜੇ ਮੁੰਜਰਾਂ ਦੇ ਉੱਤੇ ਨਾ ਪਵੇ ਕਿਉਂਕਿ ਉਹਦੇ ਨਾਲ ਦਾਣੇ ਕਾਲੇ ਹੋਣ ਦੀ ਸਮੱਸਿਆ ਹੁੰਦੀ ਆ ਪੋਲੀਨੀਟੇਸ਼ਨ ਦੀ ਪ੍ਰਕਿਰਿਆ ਦੇ ਵਿੱਚ ਰੁਕਾਵਟ ਆਉਂਦੀ ਆ ਤੇ ਮੂਰ ਝੜ ਜਾਂਦਾ ਕਿਉਂਕਿ ਛਾਟੀ ਉਹਦੀ ਇੰਨੀ ਬਹੁਤ ਤੇਜ਼ ਹੁੰਦੀ ਆ ਸੋ ਸਟਾਰਟ ਕਰਦੇ ਆ ਜੀ ਆਪਾਂ ਜਿਹੜਾ ਭਾਈ ਮੈਟਰੋਜਾਇਨ ਆ 50% ਡਬਲ ਜੀ ਇਹ ਵਾਟਰ ਡਿਸਪਰਸੀਬਲ ਗ੍ਰੈਨੂਲੇ ਨੂੰ ਕਹਿੰਦੇ ਆ ਪਾਣੀ 'ਚ ਮਿਕਸ ਹੋਣ ਵਾਲੀਆਂ ਜਿਹੜੀਆਂ ਸੇਮੀਆਂ ਆਪਾਂ ਕਹਿ ਦਿੰਨੇ ਆ ਇਹ ਇੱਕ ਸਿਸਟੈਮਿਕ ਪੌਦੇ ਦੇ ਵਿੱਚ ਵੜ ਕੇ ਕੰਮ ਕਰਨ ਵਾਲਾ ਅਤੇ ਟ੍ਰਾਂਸਲੇਮੀਨਰ ਮਤਲਬ ਜਦੋਂ ਪੱਤੇ ਤੇ ਆਪਾਂ ਸਪਰੇਅ ਕਰ ਦਿੰਨੇ ਆ ਪੱਤੇ ਦੇ ਉੱਪਰਲੇ ਪਾਸੇੋਂ ਥੱਲੇ ਤੱਕ ਤੇ ਤਣਿਆਂ ਤੱਕ ਅਸਰ ਕਰਨ ਵਾਲਾ ਇਹ ਜਿਹੜਾ ਟੈਕਨੀਕਲ ਆ ਸੋ ਅਗਰ ਆਪਾਂ ਇੰਨੇ ਪੈਸੇ ਲਾ ਕੇ 500 ਤੋਂ 700 ਰੁਪਈਆ ਖਰਚ ਕੇ ਇੰਨੀ ਮਹਿੰਗੀ ਸਪਰੇਅ ਲਿਆ ਕੇ ਜੇ ਫੇਰ ਵੀ ਆਪਾਂ ਮੂੰਹ ਸਪਰੇਅ ਦਾ ਥੱਲੇ ਨੂੰ ਕਰਕੇ ਕਰਨੀ ਆ ਆਪਾਂ ਦਾਣੇ ਵੀ ਖਰਾਬ ਕਰਨੇ ਆ ਫੇਰ ਇਹਨਾਂ ਦਵਾਈਆਂ ਦਾ ਫਾਇਦਾ ਕੀ ਆ ਕਿਉਂਕਿ ਇਹਦੇ ਵਿੱਚ ਸਾਫ਼-ਸਾਫ਼ ਸ਼ਬਦਾਂ ਦੇ ਵਿੱਚ ਲਿਖਿਆ ਵੀ ਟ੍ਰਾਂਸਲੇਮੀਨਰ ਇਹ ਜੜਾਂ ਤੱਕ ਤਣਿਆਂ ਤੱਕ ਜਿੱਥੇ ਤੱਕ ਆਪਣੀਆਂ ਦੂਜੀਆਂ ਸਪਰੇਅ ਨਹੀਂ ਪਹੁੰਚਦੀਆਂ ਪੱਤੇ ਦੀਆਂ ਜਿਹੜੀਆਂ ਤੰਤਰਗਾਵਾਂ ਹੁੰਦੀਆਂ ਉਹਦੇ ਵਿੱਚ ਜਾ ਕੇ ਥੱਲੇ ਤੱਕ ਇਹ ਦਵਾਈ ਪਹੁੰਚਦੀ ਆ ਸੋ ਤਾਂ ਕਰਕੇ ਆਪਾਂ ਨੂੰ ਜਿਹੜੀ ਜਿਵੇਂ ਦੱਸਿਆ ਹੁੰਦਾ ਓਵੇਂ ਸਪਰੇਅ ਕਰਨੀ ਚਾਹੀਦੀ ਆ ਜਦੋਂ ਆਪਾਂ ਪਾਈਓ ਮੈਟਰੋਜੈਨ 50% ਡਬਲ ਜੀ ਦੀ ਸਪਰੇਅ 100 ਗ੍ਰਾਮ ਪ੍ਰਤੀ ਕਿੱਲੇ ਦੇ ਵਿੱਚ 150 ਤੋਂ 200 ਲੀਟਰ ਪਾਣੀ ਵਿੱਚ ਮਿਕਸ ਕਰਕੇ ਸਪਰੇਅ ਕਰਦੇ ਆ ਤਾਂ ਇਹਦਾ ਪ੍ਰਭਾਵ ਪੌਦੇ ਦੇ ਉੱਤੋਂ ਲੈ ਕੇ ਥੱਲੇ ਤੱਕ ਦੇਖਣ ਨੂੰ ਮਿਲਦਾ ਇਹ ਹੌਪਰ ਨੂੰ ਮਤਲਬ ਕਾਲੇ ਤੇਲੇ ਨੂੰ ਚਿੱਟੇ ਤੇਲੇ ਨੂੰ ਜਾਂ ਲੀਫ ਹੌਪਰ ਨੂੰ ਹਰੇ ਤੇਲੇ ਨੂੰ ਤੇ ਚਿੱਟੀ ਮੱਖੀ ਨੂੰ ਤੇ ਬਰਾਊਨ ਕਲਰ ਦੇ ਜਿਹੜੇ ਟਿੱਡੇ ਹੁੰਦੇ ਆ ਉਹਨਾਂ ਨੂੰ ਵੀ ਅਦਰੰਗ ਕਰ ਦਿੰਦਾ ਅਦਰੰਗ ਨਾਲ ਮਾਰਨ ਵਾਲਾ ਇਹ ਟੈਕਨੀਕਲ ਆ ਇਸ ਟੈਕਨੀਕਲ ਦੀ ਜੇਕਰ ਕੰਮ ਕਰਨ ਦੀ ਸਾਇੰਸ ਦੀ ਗੱਲ ਕਰੀਏ ਤਾਂ ਇਹ ਜਿਹੜੀ ਦਵਾਈ ਆ ਇਹ ਕਿਵੇਂ ਕੰਮ ਕਰਦੀ ਹੈ ਇਹ ਜਦੋਂ ਆਪਾਂ ਸਪਰੇਅ ਕਰਦੇ ਆ ਪੱਤਿਆਂ ਰਾਹੀਂ ਬੂਟੇ ਦੇ ਸਿਸਟਮ ਦੇ ਵਿੱਚ ਵੜ ਕੇ ਸਪਰੇਅ ਕਰਨ ਅਪਰੰਤ ਜਦੋਂ ਦਵਾਈ ਸਾਰੇ ਬੂਟੇ ਦੇ ਵਿੱਚ ਫੈਲ ਜਾਂਦੀ ਆ ਤੇ ਜਿੰਨਾ ਗਾ ਜਿਹੜਾ ਤੇਲਾ ਹੁੰਦਾ ਥੱਲੇ ਰਸ ਚੂਸਦਾ ਹੁੰਦਾ ਸੈਲ ਸੈਪ ਜਿਹੜਾ ਝੋਨੇ ਦਾ ਹੁੰਦਾ ਚੂਸਦਾ ਹੁੰਦਾ ਆਪਣੇ ਸਟਾਈਲਟ ਨਾਲ ਚੂਸਦਾ ਹੁੰਦਾ ਜਿਹੜੀ ਤੇਲੇ ਦੀ ਚੌਂਝ ਹੁੰਦੀ ਆ ਉਹ ਤਣੇ ਦੇ ਅੰਦਰ ਹੁੰਦੀ ਆ ਤੇ ਜਿੰਨੇ ਤਕਰੀਬਨ ਜਿੰਨੇ ਤੇਲਿਆਂ ਦੀ ਚੌਂਝ ਅੰਦਰ ਹੋ ਗਈ ਉਹ 15 ਮਿੰਟਾਂ ਦੇ ਵਿੱਚ ਉਹਨੂੰ ਬੜੀ ਠੀਕ ਨਹੀਂ ਲੱਗਦਾ ਉਹ 'ਚ ਦਵਾਈ ਦਾ ਅਸਰ ਹੁੰਦਾ ਦਿਮਾਗ ਦੇ ਵਿੱਚ ਇੱਕ ਨਿਊਰੋਨਲ ਰਿਸੈਪਟਰ ਹੁੰਦੇ ਇਹਨਾਂ ਦੇ ਉਹਨਾਂ ਦੇ ਨਾਲ ਜਿਹੜੀ ਇਹ ਦਵਾਈ ਆ ਜਾ ਕੇ ਬਾਈਂਡ ਹੋ ਜਾਂਦੀ ਆ ਜਦੋਂ ਦਿਮਾਗ ਦੇ ਵਿੱਚ ਚਲੀ ਜਾਂਦੀ ਆ ਉਹਦੇ ਨਾਲ 15 ਮਿੰਟਾਂ ਦੇ ਅੰਦਰ ਅੰਦਰ ਇਹ ਆਪਣਾ ਸਟਾਈਲਟ ਜਿਹੜੀ ਚੋਹਨ ਜਾ ਉਹਨੂੰ ਬਾਹਰ ਕੱਢ ਲੈਂਦਾ ਤੇ ਖਾਣਾ ਪੀਣਾ ਇਹਨਾਂ ਦਾ ਬੰਦ ਹੋ ਜਾਂਦਾ ਖਾਣਾ ਪੀਣਾ ਬੰਦ ਹੋਣ ਕਾਰਨ ਕੁਝ ਦਿਨਾਂ ਬਾਅਦ 3 ਤੋਂ 4 ਦਿਨਾਂ ਬਾਅਦ ਜਿਵੇਂ ਕਹਿੰਦੇ ਹੁੰਦੇ ਚੈਸ ਕੰਮ ਕਰਦੀ ਆ ਭੁੱਖ ਮਰੀ ਨਾਲ ਜਿਹੜਾ ਤੇਲਾ ਮਾਰ ਜਾਂਦਾ ਵਾ ਤੇ ਇਹ ਜਿਹੜੀ ਦਵਾਈ ਡਾਇਰੈਕਟ ਜਿੱਥੇ ਤੇਲੇ ਤੇ ਅੰਡਿਆਂ ਤੇ ਪੈਂਦੀ ਆ ਜਾਂ ਬੂਟੇ ਦੇ ਰਾਹੀਂ ਥੱਲੇ ਤੱਕ ਪਹੁੰਚਦੀ ਆ ਇਹ ਅੰਡਿਆਂ ਨੂੰ ਵੀ ਡੈਮੇਜ ਕਰ ਦਿੰਦੀ ਆ ਜਿਹੜੀ ਆਪਾਂ ਮੱਕੜ ਡੜਦਾ ਵਾ ਚਿੱਟੇ ਰੰਗ ਦਾ ਜਾਂ ਜੇ ਛੋਟੇ ਟਾਈਮ ਦੇ ਉੱਤੇ ਜਦੋਂ ਉਹ ਮੈਚ्योर ਨਹੀਂ ਹੁੰਦਾ ਉਹਨੂੰ ਵੀ ਇਹ ਕਾਫੀ ਹੱਦ ਤੱਕ ਜਿਹੜੀ ਇਹ ਦਵਾਈ ਆਪਾਂ ਇਹ ਮੈਟਰੋਜਨ 50% ਅਸਰ ਕਰਦੀ ਆ ਆਧਾਰਨ ਦੇ ਤੌਰ ਤੇ ਜਿਵੇਂ ਮੱਛਰ ਆਪਣਾ ਖੂਨ ਚੂਸਦਾ ਉਵੇਂ ਜਿਹੜਾ ਤੇਲਾ ਵਾ ਇਹ ਝੋਨੇ ਦੇ ਵਿੱਚੋਂ ਸੈਬ ਚੂਸਦਾ ਰਸ ਚੂਸਦਾ ਵਾ ਜਿਵੇਂ ਕਿ ਆਪਣੇ ਮੱਛਰ ਲੜਨ ਤੋਂ ਬਾਅਦ ਧੱਫੜ ਹੋ ਜਾਂਦਾ ਆਪਣੇ ਇਨਫੈਕਸ਼ਨ ਹੋ ਜਾਂਦੀ ਹੈ ਕਈਆਂ ਨੂੰ ਬੁਖਾਰ ਵੀ ਚੜ ਜਾਂਦਾ ਕਈਆਂ ਨੂੰ ਮਲੇਰੀਆ ਹੋ ਜਾਂਦਾ ਉਵੇਂ ਜਿਹੜਾ ਇਹ ਸਟਾਈਲਟ ਆ ਤੇਲੇ ਦਾ ਜ਼ਹਿਰੀਲਾ ਹੁੰਦਾ ਜਿੰਨਾ ਟਾਈਮ ਇਹ ਝੋਨੇ ਦਾ ਰਾਸ ਚੂਸਦਾ ਹੁੰਦਾ ਉਹਨਾਂ ਟਾਈਮ ਜਿਹੜਾ ਬੂਟਾ ਵੀ ਸਟ੍ਰੈਸ ਦੇ ਵਿੱਚ ਹੁੰਦਾ ਉਹਦੇ ਵਿੱਚ ਵਧੀਆ ਗ੍ਰੋਥ ਨਹੀਂ ਹੁੰਦੀ ਦਾਣਿਆਂ ਦੇ ਵਿੱਚ ਜਾਂ ਹੋਰ ਮਾਈਕਰੋਨਿਊਟ੍ਰੀਐਂਟ ਜਿਹੜੇ ਉੱਪਰ ਥੱਲੇ ਹੁਣੇ ਹੁੰਦੇ ਆ ਉਹਨਾਂ ਦੇ ਵਿੱਚ ਵੀ ਰੁਕਾਵਟ ਆਉਂਦੀ ਆ ਇਨਫੈਕਸ਼ਨ ਦੇ ਨਾਲ ਉਹਦੇ ਵਿੱਚ ਵੀ ਇੱਕ ਜਿਵੇਂ ਉੱਲੀ ਨੁਮਾ ਗਲਣ ਦੀ ਪ੍ਰੋਬਲਮ ਆ ਜਾਂਦੀ ਆ ਜਿਹਦੇ ਨਾਲ ਆਪਾਂ ਐਂਡ ਤੇ ਦੇਖਦੇ ਆਂ ਵੀ ਹੋਪਰ ਬਰਨਿੰਗ ਹੋ ਗਈ ਤਕਰੀਬਨ ਜਿਹੜਾ ਝੋਨੇ ਦੀਆਂ ਉੱਪਰ ਲੀਆਂ ਪਾਈਪਾਂ ਉੱਪਰ ਲੜਾ ਨਾੜ ਹੁੰਦਾ ਸਾਰਾ ਗਾਰਡਨ ਲੱਗ ਜਾਂਦਾ ਉਹ ਚੋ ਸਮੈਲ ਵੀ ਆਉਣ ਲੱਗ ਜਾਂਦੀ ਆ ਸੋ ਇਦਾਂ ਹੀ ਹੁੰਦਾ ਵਾ ਜੇ ਇਹ ਜਿਹੜੀ ਦਵਾਈ ਆ ਜੇ ਇਹਨੂੰ ਆਪਾਂ ਵਰਤੀਏ ਜਿਹੜਾ ਟੈਕਨੀਕਲ ਆ ਪਾਈ ਮੈਟਰੀ ਜਨ 50% ਡਬਲਯੂਜੀ ਇਹਦਾ ਬਹੁਤ ਵਧੀਆ ਰਿਜ਼ਲਟ ਆ ਇਹ ਪ੍ਰੀਵੈਂਟਿਵ ਤੌਰ ਤੇ ਵਰਤੀਏ ਤਾਂ ਵਧੀਆ ਗੱਲ ਆ ਤੇਡੇ ਨੂੰ ਆਪਾਂ ਨੂੰ ਤਕਰੀਬਨ ਜਦੋਂ ਆਪਾਂ ਗੇੜਾ-ਗੋੜਾ ਕਾਢਦੇ ਹਾਂ ਉਦੋਂ ਪੱਤਿਆਂ ਤੋਂ ਜਾਂ ਕੁਝ ਆਪਾਂ ਨੂੰ ਹੱਦ ਤੋਂ ਪਹਿਲਾਂ ਪਤਾ ਲੱਗ ਜਾਂਦਾ ਕਿਨੇ ਟਾਈਮ ਦੇ ਆਪਾਂ ਖੇਤੀ ਕਰਦੇ ਹਾਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਸ ਟਾਈਮ ਦੇ ਉੱਤੇ ਤੇਲੇ ਦੀ ਸਪਰੇਅ ਕਰਨੀ ਚਾਹੀਦੀ ਇਸ ਦੀ ਕੰਪਨੀ ਤਾਂ ਕਹਿੰਦੀ ਦੋ ਵਾਰ ਸਪਰੇਅ ਕਰੋ ਪਰ ਆਪਾਂ ਜੇ ਵੀ ਦੇਖਣੀ ਹੁੰਦੀ ਆ ਜੇਕਰ ਤੇਲੇ ਦੇ ਅਟੈਕ ਦੀ ਗੱਲ ਕਰੀਏ ਝੋਨੇ ਵਿੱਚ ਤਾਂ ਇਹ ਨਸਾਰੇ ਤੋਂ ਲੈ ਕੇ ਦੁੱਧਾ ਪੈਣ ਤੱਕ ਤੇ ਪੱਕਣ ਤੱਕ ਇਸ ਟਾਈਮ ਦੇ ਵਿੱਚ ਜਿਹੜਾ ਝੋਨੇ ਦੇ ਵਿੱਚ ਰਾਸ ਹੁੰਦਾ ਸੈਪ ਹੁੰਦਾ ਕਾਫੀ ਮਾਤਰਾ ਵਿੱਚ ਹੁੰਦਾ ਤੇ ਝੋਨੇ ਦਾ ਜਿਹੜਾ ਥੱਲਾ ਟਾਂਗਰ ਹੁੰਦਾ ਉਹ ਨਰਮ ਹੋ ਚੁੱਕਿਆ ਹੁੰਦਾ ਕਿਉਂਕਿ ਉਹਨੇ ਐਕਸਪਾਇਰ ਹੋ ਜਾਣਾ ਹੁੰਦਾ ਤੇ ਉੱਪਰ ਜਿਹੜੇ ਫਲ ਹੁੰਦਾ ਵਾ ਉਹ ਆਪਾਂ ਲਾ ਲੈਣਾ ਹੁੰਦਾ ਉਹ ਆਪਾਂ ਵੱਢ ਲੈਣਾ ਹੁੰਦਾ ਕੰਬੈਨ ਦੇ ਨਾਲ ਸੋ ਉਸ ਟਾਈਮ ਦੇ ਉੱਤੇ ਜੇਕਰ ਆਪਾਂ ਪ੍ਰੀਵੈਂਟਿਵ ਤੌਰ ਤੇ ਤੇਲਾ ਦੇਖ ਕੇ ਆਉਣ ਤੋਂ ਪਹਿਲਾਂ ਇਹ ਇਹ ਆਪਾਂ ਸਪਰੇਅ ਕਰ ਦਿੰਨੇ ਆ ਤਾਂ ਇਹਦਾ 20 ਤੋਂ 25 ਦਿਨ ਦਾ ਰਿਜ਼ਲਟ ਆ ਕਿਉਂਕਿ ਜੇਕਰ ਤੇਲਾ ਪੈ ਕੇ ਆਪਣਾ 20% ਤੱਕ ਨੁਕਸਾਨ ਹੋ ਗਿਆ ਉਸ ਤੋਂ ਬਾਅਦ ਆਪਾਂ ਸਪਰੇਅ ਕਰਦੇ ਆ ਤਾਂ ਆਪਣਾ ਝਾੜਤਾ ਜਿਹੜਾ ਘਟਿਆ ਘਟਿਆ ਤੇ ਉਦੋਂ ਬਾਅਦ ਵਿੱਚ ਜਿਹੜੀ ਦਵਾਈ ਦੀ ਜਿਹੜੀ ਸਪਰੇਅ ਆ ਉਹ ਵੀ ਘਟਾ ਸਰਕਾਰ ਦੀ ਆ ਕਿਉਂਕਿ ਜਿਹੜਾ ਸੈਪ ਹੁੰਦਾ ਝੋਨੇ ਦੇ ਵਿੱਚ ਉਹ ਟਾਈਮ ਦੇ ਨਾਲ ਉਹ ਵੀ ਘਟਣ ਲੱਗ ਜਾਂਦਾ ਕਿਉਂਕਿ ਝੋਨਾ ਪੱਕਣ ਵਾਲਾ ਹੁੰਦਾ ਵਾ ਸੋ ਇਹ ਆਪਾਂ ਦੇਖਣਾ ਵਾ ਜੇਕਰ ਆਪਾਂ ਜਿਹੜੀ ਸਿਸਟੈਮਿਕ ਦਵਾਈ ਆ ਬੂਟੇ ਦੇ ਵਿੱਚ ਵੜ ਕੇ ਕੰਮ ਕਰਨ ਵਾਲੀ ਦਵਾਈ ਆ ਜੇ ਆਪਾਂ ਨਸਾਰੇ ਤੋਂ ਪਹਿਲਾਂ ਇੱਕ ਸਪਰੇਅ ਕਰ ਚੁੱਕੇ ਆ ਜਾਂ ਕੋਈ ਹੋਰ ਟੈਕਨੀਕਲ ਕਰ ਚੁੱਕੇ ਆ ਤਾਂ ਦੋਦੇ ਦੇ ਟਾਈਮ ਤੇ ਜਦੋਂ ਆਪਣਾ ਬੂਰ ਪੈ ਕੇ ਮੁੰਜਰਾ ਝੋਕ ਚੁੱਕੀਆਂ ਹੁੰਦੀਆਂ ਉਸ ਟਾਈਮ ਦੇ ਉੱਤੇ ਆਪਾਂ ਨੂੰ ਇਹ ਪਾਈ ਮੈਟਰੋਜੈਨ 50% ਦੀ 100 ਤੋਂ 120 ਗ੍ਰਾਮ ਪ੍ਰਤੀ ਏਕੜ ਦੇ हिसाब ਨਾਲ 150 ਲੀਟਰ ਪਾਣੀ ਦੇ ਵਿੱਚ ਮਿਕਸ ਕਰਕੇ ਸਪਰੇਅ ਕਰ ਲੈਣੀ ਚਾਹੀਦੀ ਆ ਅਗਰ ਮਾਰਕੀਟ ਦੇ ਵਿੱਚ ਹੋਰ ਬ੍ਰਾਂਡਾਂ ਦੀ ਗੱਲ ਕਰੀਏ ਤਾਂ ਸਜੈਂਟਾ ਦਾ ਚੈਸ ਆਪਾਂ ਨੂੰ 4500 ਤੋਂ 5000 ਰੇਟ ਦੇ ਵਿੱਚ ਮਿਲ ਜਾਂਦਾ ਵਾ ਤੁਹਾਨੂੰ ਕਹਦਾ ਜਿਹੜਾ ਅਪਲਾਈ ਆ ਇਹ ਅੜਾਮਾ ਦਾ ਸੈਮਕਾ ਕੋਰਾ ਮੰਡਲ ਦਾ ਅਸਤਰ ਸਵਾਲ ਦਾ ਜਿਪਰ ਅੜਾਮਾ ਦਾ ਸਿਗਲਟ ਟਾਟਾ ਦਾ ਕੈਮਿਓ ਬਾਸਪਦਾ ਕਟਾਰਿਓ ਐਫਐਮਸੀ ਦਾ ਅਲਟਰਾ ਐਕਸਲ ਦਾ ਡੁਕੈਟ ਅਤੁਲ ਦਾ ਪਰਵਤ ਐਫਕੋ ਦਾ ਇੱਕ ਮਾਰਕੀਟ ਦੇ ਵਿੱਚ ਨਵਾਂ ਪ੍ਰੋਡਕਟ ਆਇਆ ਵਾ ਪਾਈ ਮੈਟਰੋ ਜੈਨ ਦਾਈ ਸੂਰੂਗਾ 120 ਗ੍ਰਾਮ ਪ੍ਰਤੀ ਇੱਕੜ ਦੇ ਹਿਸਾਬ ਨਾਲ ਇਹਦੀ ਪੈਕਿੰਗ ਆਉਂਦੀ ਆ 660 ਰੁਪਏ ਦੀ ਆਉਂਦੀ ਆ ਜਿਹੜੀ ਮਹਿੰਗੀ ਮਿਲਦੀ ਆ ਪਰ ਆਪਾਂ origignal ਕਹਿ ਸਕਦੇ ਆ ਕਿਉਂਕਿ Fco ਦਾ brand ਆ ਜਿਹੜੀ ਇਹ Fco ਤੋਂ ਹੀ ਆਪਾਂ ਨੂੰ ਮਿਲਣਾ ਵਾ ਸੋ ਇਹ ਜਿਹੜੇ ਤੇਲੇ ਵਾਲੇ ਸਾਰੇ ਆਪਾਂ brand ਦੱਸਿਆ ਜਿਨ੍ਹਾਂ ਦੇ ਵਿੱਚ ਪਾਈ ਮੈਟਰੋਜਾਇਨ 50% WG ਸੇਮ ਟੈਕਨੀਕਲ ਆਉਂਦਾ ਵਾ ਇਹਨਾਂ ਦੇ ਰੇਟ ਸਜੈਂਟਾ ਦੇ ਚੈਸ ਨਾਲੋਂ ਆਪਾਂ ਨੂੰ 5700 ਰੁਪਇਆ ਜੇ ਘੱਟ ਮਿਲਦੇ ਆ ਆਪਾਂ ਲੈ ਸਕਦੇ ਆ ਜੇ ਆਪਾਂ ਸ਼ੋਰਟੀ ਚਾਹੁੰਦੇ ਆ ਕਿਉਂਕਿ ਇਸ ਟਾਈਮ ਦੇ ਉੱਤੇ ਮਾਰਕੀਟ ਦੇ ਵਿੱਚ ਕਈ ਫੇਕ ਪ੍ਰੋਡਕਟ ਵੀ ਆਉਂਦੇ ਆ ਉਹਨਾਂ ਤੋਂ ਬਚਣ ਕਰਕੇ ਇਸ ਏਜੈਂਟਾ ਨੇ ਇੱਕ ਆਪਾਂ ਨੂੰ ਆਪਸ਼ਨ ਦਿੱਤੀ ਆ ਕਯੂਆਰ ਕੋਡ ਉੱਤੇ ਲਾ ਕੇ ਦਿੱਤਾ ਜਿਵੇਂ ਪਿਛਲੀ ਵੀਡੀਓ ਦੇ ਵਿੱਚ ਆਪਾਂ ਐਮਯੂ ਸਟਾਰਟਅਪ ਦਾ ਰਿਵਿਊ ਕੀਤਾ ਸੀਗਾ ਉਹਦੇ ਵਿੱਚ ਵੀ ਕਿਵੇਂ ਸਕੈਨ ਕਰ ਸਕਦੇ ਆ ਕਿਵੇਂ ਉਹਦੀ ਵੈਬਸਾਈਟ ਖੁੱਲ ਜਾਂਦੀ ਆ ਕਿਵੇਂ ਆਪਾਂ ਬੈਚ ਨੰਬਰ ਮੈਚ ਕਰਕੇ ਦੇਖ ਸਕਦੇ ਆ ਵੀ ਇਹ オリジナル ਆ ਸੋ ਕਈ ਹੋਰ ਕੰਪਨੀਆਂ ਦੇ ਵਿੱਚ ਵੀ ਇਹ ਹੋ ਰਿਹਾ ਵਾ ਆਪਾਂ ਨੂੰ ਉਹਦੇ ਵਿੱਚ ਸ਼ੋਰਟੀ ਹੋ ਜਾਂਦੀ ਆ ਵੀ ਇਹ ਬ੍ਰਾਂਡ オリジナル ਆ ਫੋਨ ਕਰਕੇ ਵੀ ਆਪਾਂ ਬੈਚ ਨੰਬਰ ਦੱਸ ਕੇ ਪੁੱਛ ਸਕਦੇ ਆ ਵੀ ਇਹ ਪ੍ਰੋਡਕਟ オリジナル ਆ ਕਿ ਨਹੀਂ ਆ ਸੋ ਇਹ ਚੀਜ਼ ਆ ਆਪਾਂ ਖਿਆਲ ਆਪਾਂ ਰੱਖਣਾ ਵਾ ਕਿਉਂਕਿ ਜੇ ਬੈਚ ਨੰਬਰ ਜਾਂ ਡੱਬੀ ਵੀ オリジナル ਹੋ ਸਕਦੀ ਆ ਤੁਹਾਨੂੰ ਮਾਲ ਵਿੱਚ ਡੁਪਲੀਕੇਟ ਮਿਲ ਜੇ ਸੀਲ ਸਾਰਾ ਕੁਝ ਆਪਾਂ ਚੈੱਕ ਕਰਨੀ ਆ ਕਿਉਂਕਿ ਪੈਸੇ ਆਪਣੀ ਜੇਬ ਦੇ ਵਿੱਚੋਂ ਜਾਣੇ ਆ ਇਹਨਾਂ ਗੱਲਾਂ ਦਾ ਆਪਾਂ ਖਿਆਲ ਰੱਖੀਏ ਇੱਕ ਗੱਲ ਹੋਰ ਆਪਾਂ ਨੂੰ ਡੁਪਲੀਕੇਸੀ ਦਾ ਇੱਥੋਂ ਪਤਾ ਲੱਗ ਜਾਂਦਾ ਕਿਉਂਕਿ ਜਿਹੜਾ ਅੜਾਮਾ ਵਾ ਇਹਦੇ ਵਿੱਚ ਪਹਿਲਾਂ ਸੈਮਕਾ ਦੇ ਨਾਮ ਨਾਲ ਆਉਂਦਾ ਸੀ ਫਿਰ ਅੜਾਮਾ ਨੇ ਚੇਂਜ ਕਰਕੇ ਸਿਗਾ ਲੇਟ ਰਖਤਾ ਨਾ ਸੋ ਇਹ ਦੋ ਨਾਮ ਰਖਤੇ ਇਹਦੇ ਵਿੱਚ ਕੁਝ ਹੋ ਸਕਦਾ ਵਾ ਵੀ ਇਹਦੇ ਵਿੱਚ ਕੋਈ ਹੋਰ ਡੁਪਲੀਕੇਸੀ ਆ ਗਈ ਹੋਵੇ ਸੋ ਕੰਪਨੀ ਤਾਂ ਹੀ ਜਿਹੜੀਆਂ ਇਹ ਵਧੀਆ ਕੰਪਨੀਆਂ ਵਾ ਇਹਨਾਂ ਨੇ ਕੁਝ ਸਾਈਨ ਆਪ ਦੇ ਚੇਂਜ ਕਰ ਲਈ ਹੁੰਦੇ ਆ ਸੋ ਤਾਂ ਕਰਕੇ ਆਪਾਂ ਨੂੰ ਮਾਰਕੀਟ ਦੇ ਵਿੱਚ ਜਾ ਕੇ ਇਹ ਸਾਰਾ ਕੰਮ ਫਿਰਕੇ ਦੇਖਣਾ ਚਾਹੀਦਾ ਆਪਾਂ ਨੂੰ ਨੌਲੇਜ ਲੈਣੀ ਚਾਹੀਦੀ ਆ ਨੈਟ ਦੇ ਵੀ ਕਾਫੀ ਆਪਾਂ ਨੂੰ ਨੌਲੇਜ ਮਿਲ ਜਾਂਦੀ ਆ ਸੋ ਇਸ ਚੈਨਲ ਦੇ ਮਾਧਿਅਮ ਰਾਹੀਂ ਇਸੇ ਤਰ੍ਹਾਂ ਦੇ ਹੋਰ ਪ੍ਰੋਡਕਟਾਂ ਦੇ ਰਿਵਿਊ オリਜਿਨੈਲਿਟੀ ਤੇ ਹੋਰ ਪ੍ਰੋਡਕਟ ਕਿਵੇਂ ਕੰਮ ਕਰਦੇ ਆ ਤੇ ਉਹਨਾਂ ਬਾਰੇ ਡਿਟੇਲ ਦੇ ਵਿੱਚ ਜਾਣਕਾਰੀ ਕੀ ਆਪਾਂ ਉਹਨਾਂ ਨੂੰ ਕਿਵੇਂ ਚੈੱਕ ਕਰ ਸਕਦੇ ਆ ਜ਼ਰੂਰ ਲੈ ਕੇ ਆਵਾਂਗੇ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਮਿਹਰਬਾਨੀ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ